ਸਾਰਿਆਂ ਦਾ ਫਿਰ ਸਵਾਗਤ ਹੈ। ਸਮਾਂ ਬਹੁਤ ਘੱਟ ਰਹਿ ਗਿਆ, ਸੋ ਹਰਜਾਬ ਜੀ ਥੈਂਕ ਯੂ ਕਿ ਤੁਸੀਂ ਆਏ ਹੋ, ਬਟ ਦਿਸ ਇਜ਼ ਜਸਟ ਦ ਬਿਗਿਨਿੰਗ ਦੈਟ ਵੀ ਹੈਵ ਸਟਾਰਟਡ ਟਾਕਿੰਗ, ਸੋ ਵੀ ਸ਼ੁੱਡ ਟਾਕ ਮੋਰ। ਬਟ ਤੁਸੀਂ ਕੀ ਕਹੋਗੇ ਕਿ ਇਹ ਸਾਰਾ ਕੁਝ ਕਿਸ ਤਰ੍ਹਾਂ? ਦੇਖੋ ਜੀ, ਪ੍ਰੋਬਲਮਾਂ ਜਿਹੜੀਆਂ ਹੈਗੀਆਂ, ਜਿੱਦਾਂ ਤੁਹਾਡੇ ਸ਼ੋਅ ਹੈਗੇ ਆ, ਤੁਸੀਂ ਪ੍ਰੋਬਲਮਾਂ ਨੂੰ ਮੋਰੇ ਲੈ ਕੇ ਆਉਂਦੇ ਆ ਐਂਡ ਡਿਸਕਸ ਕਰਦੇ ਆ। ਸਾਡੀ ਕਮਿਊਨਿਟੀ ਦੀ ਆਦਤ ਹੈ ਕਿ ਪਰਦੇ ਥੱਲੇ ਰੱਖੋ, ਪਰਦੇ ਪਿੱਛੇ ਰੱਖੋ, ਸਵੀਪ ਇਟ ਅੰਡਰ ਦਾ ਕਾਰਪੇਟ। ਪਰਦੇ ਪਿੱਛੇ ਰੱਖੋਗੇ ਤਾਂ ਕਿ ਹੋਰ ਆ ਜਾਣ ਇੱਥੇ, ਦੁਖੀ ਹੋਣ ਇੱਥੇ। ਜਿਹੜੇ ਆਉਣੇ ਉਹਨਾਂ ਨੂੰ ਕਹੋ ਕਿ ਤੁਸੀਂ ਆਓ, ਕੋਈ ਨਹੀਂ ਕਹਿ ਰਿਹਾ ਕਿ ਨਾ ਆਓ, ਇਹੀ ਕਹਿ ਰਿਹਾ ਕਿ ਸਹੀ ਤਰੀਕੇ ਨਾਲ ਆਓ, ਪਲੈਨਿੰਗ ਕਰਕੇ ਆਓ। 14 ਸਾਲ ਦੇ 15 ਸਾਲ ਦੇ ਬੱਚੇ ਨੂੰ ਮੰਗਾ ਕੇ ਇੱਥੇ ਕੀ ਤੁਸੀਂ ਕਰ ਲਉਂਗੇ, ਕੀ ਉਹਨੂੰ ਜੋਬ 'ਤੇ ਲਾ ਲਉਂਗੇ, ਕੀ ਉਹਦੀ ਜ਼ਿੰਦਗੀ ਬਣਾ ਲਉਂਗੇ? ਰੋਲ ਜਾਣੀ ਉਹਨਾਂ ਦੀ ਜ਼ਿੰਦਗੀ, ਮਾਪੇ ਤੋਂ ਵੀ ਜਾਂਦਾ ਲੱਗਣਾ, ਇੱਥੋਂ ਵੀ ਜਾਂਦਾ ਲੱਗਣਾ। ਅਲ ਕਿਵਿਨ ਇੱਕ ਤੁਹਾਨੂੰ ਛੋਟੀ ਮੈਂਟੈਲਿਟੀ ਦੱਸ ਦਿੰਦਾ। ਪਹਿਲੀ ਵਾਰੀ ਜਦੋਂ ਮੈਂ ਜਲੰਧਰ ਦਫ਼ਤਰ ਖੋਲਿਆ ਸੀ, ਮੇਰੇ ਕੋਲ ਬੰਦਾ ਆਇਆ, ਭਾਜੀ ਵੀਜ਼ਾ ਚਾਹੀਦਾ ਇੰਗਲੈਂਡ ਦਾ। ਮੈਂ ਕਿਹਾ ਵੈਰੀ ਗੁੱਡ, ਕਿੰਨੇ ਚਿਰ ਦਾ? ਮਹੀਨੇ ਦਾ, 3 ਮਹੀਨੇ ਦਾ, 6 ਮਹੀਨੇ ਦਾ? ਕਹਿੰਦਾ ਭਾਵੇਂ 5 ਮਿੰਟ ਦਾ ਹੋਵੇ, ਮੈਂ ਕਹਿੰਦਾ ਮੁੜ ਕੇ ਆਉਣਾ। ਆਹ ਮੈਂਟੈਲਿਟੀ ਆ, ਔਰ ਅਜੇ ਤੱਕ ਇਟ ਸੀਮਸ ਦ ਮੈਂਟੈਲਿਟੀ ਹੈਜ਼ਨਟ ਚੇਂਜਡ। ਵਾਟ ਪ੍ਰੋਬਲਮਸ ਡੂ ਯੂ ਹੈਵ ਹੇਅਰ? No, I mean, a lot of the problems go back to what you were saying, right? To see apni jo respect hai, you're willing to give it up. Tusi kende bas visa mil jaye, I don't care what I have to do, right? And there are people, ek vari tusi exception bana lo, you will keep that well is just going to get bigger and bigger. Itthe America de vich a trend vi shuru hoya siga a few years ago, jithe loki apne India to 14-15 saal de nyane through the Mexican border jada traffic karke itthe leonde sige, kai mar vi gaye rastiyan vich, and you know a shortage of munde without their parents, you know, and it, I think ki 2-3 hafte ta lagde itthe onnu trakkan de vich, kende lorryan de vich, trucks de vich lamme pa ke hold de vich kai vari breathe karna penda ya nali through for a stroke. Mainu kisi ne detail dassi Sharon, te I was so surprised ke apne ਕਿਸ ਦਿਲ ਨਾਲ ਉਹਨਾਂ ਨੇ ਫੈਮਿਲੀ ਨੇ ਭੇਜਤਾ ਬੱਚਾ ਨਹੀਂ। ਐਂਡ ਇਟਸ ਇਮੀਗ੍ਰੇਸ਼ਨ ਦੇ ਵਿੱਚ ਲੇਡੀ, ਆਈ ਮੀਨ ਮੈਨ ਤਾਂ ਸਫਰ ਕਰਦੇ ਆ, ਪਰ ਲੇਡੀਜ਼ ਐਂਡ ਨਿਆਣੇ ਆਈ ਸੀ ਦੈਮ ਸਫਰਿੰਗ ਇਨ ਅ ਵੈਰੀ ਜਿਹਦਾ ਟਰੋਮੈਟਿਕ ਵੇ, ਜਿਹੜਾ ਸਾਈਕੋਲੋਜੀਕਲੀ ਡੈਵਸਟੇਟਿੰਗ ਇਫੈਕਟ, ਯੂ ਨੋ, ਐਂਡ ਨਿਆਣਾ ਵਿਲ ਫੀਲ ਕਿ ਪਿੱਛੇ ਮੇਰੇ ਪੇਰੈਂਟਸ ਨੇ ਭੇਜਿਆ ਸੀਗਾ, ਹੁਣ ਮੈਂ ਇੱਥੇ, ਆਈ ਐਮ ਸਟਕ ਹੇਅਰ, ਮੈਨੂੰ ਪੈਸੇ ਭੇਜਣੇ ਪੈਣੇ ਵਾਪਸ, ਐਂਡ ਯੂ ਨੋ ਦੈਟ ਪ੍ਰੈਸ਼ਰ। ਜਦ ਅਸੀਂ ਸਮਝਦੇ ਨਹੀਂ ਕਿ ਇਹ ਜਨਰੇਸ਼ਨਲੀ ਸਾਡਾ ਫੀਅਰ ਚੱਲਦਾ ਹੈ। ਅਸੀਂ ਕਿੱਥੇ ਪੰਜਾਬੀ ਮੰਨੇ ਜਾਂਦੇ ਸੀ ਕਿ ਅਸੀਂ ਅਣਖ ਨਾਲ ਜੀਣਾ ਜਾਣਦੇ ਹਾਂ, ਅਸੀਂ ਡੇਅਰਿੰਗ ਹੁੰਦੇ ਹਾਂ, ਪਰ ਉਹ ਫੀਅਰ ਜਿਹੜਾ ਇਨਕਲਕੇਟ ਹੋ ਰਿਹਾ ਨਾ, ਬਲੂ ਪ੍ਰਿੰਟਸ ਜਿਹੜੇ ਬੱਚਿਆਂ ਦੇ, ਉਹ ਨੈਕਸਟ ਜਨਰੇਸ਼ਨ ਤੱਕ ਉਹ ਫੀਅਰ ਨਾਲ ਜੀਂਦੇ ਆ, ਉਹ ਲਾਈਫ ਹੋ ਰਿਹਾ। ਦੇਖੋ ਜੀ, ਜਿਹੜੇ ਤੁਸੀਂ 25 ਲੱਖ ਹੁੰਦੇ ਸੁਣਦੇ ਹੋ ਉਸ ਡਰ ਚ ਰਹਿੰਦੇ, ਤੁਸੀਂ ਜਿਹੜਾ 25 ਲੱਖ ਲਾਉਣਾ ਇੱਕ 14 ਸਾਲ ਦੇ 15 ਸਾਲ ਦੇ ਬੱਚੇ ਨੂੰ ਮੈਕਸੀਕੋ ਥਰੂ ਟ੍ਰੈਫਿਕ ਕਰਨਾ, ਉਹਦਾ ਤੁਸੀਂ 10 ਲੱਖ ਪੜ੍ਹਾਈ 'ਤੇ ਲਾਓ, ਜਦੋਂ 18 ਸਾਲ ਦਾ ਹੋਊਗਾ ਸਟੂਡੈਂਟ ਵੀਜ਼ੇ 'ਤੇ ਉਹਨੂੰ ਸੱਦ ਲਓ, ਰਾਈਟ? ਅਲਟਰਨੇਟਿਵਸ ਹੈਗੇ ਆ ਜੀ, ਰਾਈਟ? ਸੋ ਉਹਨੂੰ ਇਹ ਨਹੀਂ ਕਹਿਣਾ, ਉਹਨੂੰ ਇਹ ਕਹਿਣਾ ਜੰਮਦੇ ਨੂੰ ਸੁਪਨੇ ਦਿਖਾ ਦੇਣੇ ਕਿ ਨਹੀਂ ਤੂੰ ਤਾਂ ਹੁਣ ਤੈਨੂੰ ਮੰਗਾ ਲੈਣਾ। ਅਗਲਾ ਨਾ ਪੜ੍ਹਾਈ ਜੋਗੇ ਰਹਿੰਦਾ, ਨਾ ਕੰਮ ਜੋਗਾ ਰਹਿੰਦਾ, ਸੋ ਉਹਦੇ ਵਿੱਚ ਉਹਦੀ ਲਾਈਫ ਤਾਂ ਕੁਛ ਬਣਨੀ ਨਹੀਂ। ਇੱਥੇ ਆ ਕੇ ਬਸ caught up in things like alcoholism, drugs, depression, prostitution. If it is naturally thonu killing karni hai gi, yeah, that's a good point. We need to dekho, migrate karo, but planet community is getting sick, no? Kyunki kitna portion sada ho. So I know ki hor saman nahi hai aur sanu bar bar message aa rahe hain, but thank you so much ke tusi itthe aaye, aur eh bilkul ek, you know, we've just touched the tip of the iceberg, so it's just the beginning. And but thank you, jis tarah tusi kya ke US ik ohi dekhe ke assi 10 saal pehle, you know, piche hai gaya thodiyan problems to, yeah. We should learn from you, yeah. Should you do. Know, rather than keep going through all of them ourselves. Unfortunately, as a com, we only learn after the event. Assi reactionary hai, assi jadon kam and kande te aa gaya odds akal aundi odds sikhna ke haan ji aa karna. See. Prevention je assi kar liye kinna badhiya rahuga, right? Thank you so much Sharon, and thank welcome. You so, so much very thank much you to sanu time ji. Ditta thank you very really much. Appreciate thank this you. Thank you sarenda dhanwad sarenu sat sri akal.